पार्टी के विधानसभा हल्का गिल के इंचार्ज सनी खैन द्वारा आज रेड़ी फड़ी वालों को गुंडा टैक्स से राहत दिलाई गई। और गुंडा टैक्स बंद होते ही सब्जी वालों ने सब्जियों के भाव नीचे गिरा दिए और साथ ही लोगों को महंगे भाव में मिल रही सब्जियों से बड़ी राहत दिलाई। साथ ही सब्जियों के सस्ते होने पर घरेलू महिलाओं के चेहरे पर चमक आई और सनी के इस कदम पर अपनी खुशी भी जाहिर की। यहाँ आपको बता दें कि अभी यह राहत सिर्फ हल्का गिल के लोगों के लिए ही है, जहाँ सनी की तरफ से सब्जियों के भाव तय किए गए हैं। ਮੈਨੂੰ ਆ ਰੇਟ ਲਿਸਟ ਅੱਜ ਇਹਨਾਂ ਨੇ ਦਿੱਤੀ ਹੈ, ਜਿਹੜੇ ਪਹਿਲੇ ਰੇਟ ਸੀਗੇ ਤੇ ਹੁਣ ਦੇ ਰੇਟ ਹੈਗੇ ਨੇ, ਬਿਲਕੁਲ ਦੇਖਿਆ ਕਾਫੀ ਫਰਕ ਆ ਰਿਹਾ ਹੈਗਾ, ਬਿਲਕੁਲ ਬਿਲਕੁਲ 10-20 ਰੁਪਏ ਦਾ ਫਰਕ ਪੈ ਰਿਹਾ, ਹਰ ਪਾਸੇ ਫਰਕ ਪੈ ਰਿਹਾ ਹੈਗਾ ਤੁਹਾਡੀ ਇਹ ਲਿਸਟ ਦੇ ਅਕੋਰਡਿੰਗ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਸਾਰੇ ਅਗਰ ਇਸ ਤਰ੍ਹਾਂ ਕਰਨ ਲੱਗੇ ਤਾਂ ਫਿਰ ਆਪਣਾ ਦੇਸ਼ ਬਹੁਤ ਤਰੱਕੀ ਕਰੂਗਾ। ਜਿਹੜੇ ਤੁਸੀਂ ਸਟੈਪ ਲੈ ਰਹੇ ਬਹੁਤ ਅੱਛੇ ਲੈ ਰਹੇ ਹੋ, ਵਧੀਆ, ਬਹੁਤ ਅੱਛਾ ਲੱਗ ਰਿਹਾ ਹੈ, ਠੀਕ ਹੈ, ਵਧੀਆ, ਗਰੀਬ ਬੰਦਿਆਂ ਵਾਸਤੇ ਤਾਂ ਸ਼ਾਇਦ ਖਾਸ ਤੌਰ 'ਤੇ ਬਹੁਤ ਵਧੀਆ। ਗੁੰਡਾ ਟੈਕਸ ਬੜਾ ਵੱਡੇ ਪੱਧਰ 'ਤੇ ਇੱਥੇ ਵਸੂਲਿਆ ਜਾ ਰਿਹਾ ਸੀਗਾ, ਇੱਥੋਂ ਨਹੀਂ ਸਾਰੇ ਲੁਧਿਆਣੇ ਦੇ ਵਿੱਚ ਲੱਗਦਾ ਹੈ, ਅੱਡ ਅੱਡ ਜਗ੍ਹਾ 'ਤੇ ਰੇਟ ਫਿਕਸ ਕੀਤੇ ਹੋਏ ਆ। ਇੱਥੇ 150 ਤੋਂ ਲੈ ਕੇ 250 ਤੱਕ ਰੇਟ ਫਿਕਸ ਸੀਗਾ, ਇਕੱਲੇ ਇਕੱਲੇ ਮੰਡੀ ਵਾਲੇ ਦੇ ਜਿਹੜਾ ਰੇਹੜੀ ਵਾਲਾ ਲਾਉਂਦਾ, ਜਿਹੜਾ ਗਰੀਬ ਮਜ਼ਦੂਰ ਇੱਥੇ ਆ ਕੇ ਆਪਣੀ ਰੇਹੜੀਆਂ ਸਬਜ਼ੀਆਂ ਲਾਉਂਦਾ, ਟਮਾਟਰ ਵੇਚਦਾ, ਆਲੂ ਵੇਚਦਾ, ਖੀਰਾ ਭਿੰਡੀ ਸਭ ਕੁਝ ਵੇਚਦਾ, ਉਹਨਾਂ 'ਤੇ 150 ਰੁਪਏ ਧੱਕੇ ਨਾਲ ਆ ਕੇ ਇੱਥੋਂ ਕਾਂਗਰਸ ਦੇ ਲੀਡਰ ਆ ਕੇ ਇਕੱਠੇ ਕਰਕੇ ਇਹਨਾਂ ਦੇ ਬੋਝ ਬਣ ਕੇ ਜਾਂਦੇ ਸੀ, ਔਰ ਇਹ ਵਿਚਾਰੇ ਜਿਹੜਾ ਬੋਝ ਆ ਅੱਗੇ ਗਾਹਕਾਂ ਦੇ ਪਾਉਂਦੇ ਆ। ਹੁਣ ਪਰੇਸ਼ਾਨ ਕੌਣ ਆ? ਇਹ ਵੀ ਪਰੇਸ਼ਾਨ ਨੇ, ਗਾਹਕ ਵੀ ਪਰੇਸ਼ਾਨ ਆ, ਪਰ ਮੌਜ ਕੌਣ ਕਰ ਰਿਹਾ? ਮੌਜ ਕੌਣ ਕਰ ਰਿਹਾ? ਮੌਜ ਕਰ ਰਿਹਾ ਕਾਂਗਰਸ ਦੇ ਲੀਡਰ ਔਰ ਜਿਹੜੇ ਕਾਂਗਰਸ ਦੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ, ਮੌਜ ਉਹ ਕਰ ਰਹੇ ਆ। ਇਹਦਾ ਅਸੀਂ ਅੱਜ ਸਵੇਰੇ ਪਹਿਲਾਂ ਸਵੇਰੇ ਮੁਹਿੰਮ ਸ਼ੁਰੂ ਕੀਤੀ ਸੀ, ਇੱਕ ਤਾਂ ਜਿਹੜਾ ਜੇਈ ਸੀਗਾ ਇੱਥੋਂ, ਜਿਹੜਾ ਵਿਨੋਦ ਤਵਨ ਇੱਥੋਂ ਉਹਨਾਂ ਦੀ ਸ਼ਹਿਰ ਦੇ ਉੱਪਰ ਜਿਹੜਾ ਕੰਮ ਹੁੰਦਾ ਸੀ, ਪਹਿਲਾਂ ਤਾਂ ਉਹਨੂੰ ਇੱਥੋਂ ਅੱਜ ਦਬਲਿਆ। ਦੂਜਾ, ਜਦੋਂ ਅੱਜ ਅਸੀਂ ਇੱਥੇ ਇੱਕ ਰੇਟ ਫਿਕਸ ਕੀਤਾ ਲੋਕ ਇਨਸਾਫ ਪਾਰਟੀ ਨੇ, ਲੋਕਾਂ ਦੇ ਫਾਇਦਿਆਂ ਵਾਸਤੇ, ਜਿਹੜੀਆਂ ਸਾਡੀਆਂ ਧੀਆਂ ਭੈਣਾਂ ਰੋਜ਼ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਲੈਣ ਆਉਂਦੀਆਂ ਨੇ, ਜਦੋਂ ਉਹ ਦੇਖਦੀਆਂ ਵੀ 10-10, 20-20 ਰੁਪਏ ਸਬਜ਼ੀ ਮਹਿੰਗੀ ਮਿਲ ਰਹੀ ਹੈ, ਤਾਂ ਉਹਨਾਂ ਨੂੰ ਕਿੰਨਾ ਉਹਨਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਅਤੇ ਅੱਜ ਆਹ ਰੇਟ ਹੈ, ਅੱਜ ਦੇਖੋ ਆਹ ਗੁੰਡਾ ਟੈਕਸ ਦਾ ਰੇਟ ਹੈ, ਜਿਹੜਾ ਪਹਿਲਾਂ ਗੁੰਡਾ ਟੈਕਸ ਲੈਂਦੇ ਉਹਦਾ ਆਹ ਰੇਟ ਸੀ, ਆਹ ਬਿਨਾਂ ਗੁੰਡਾ ਟੈਕਸ ਦਾ ਰੇਟ ਆ, ਆਹ ਕਿੰਨਾ ਫਰਕ ਪੈ ਗਿਆ। ਔਰ ਇਹ ਅਸੀਂ ਬਣਾਇਆ, ਸਾਨੂੰ ਇਹਨਾਂ ਨੇ ਬਣਾ ਕੇ ਦਿੱਤਾ, ਸਬਜ਼ੀ ਵਾਲਿਆਂ ਨੇ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਸਾਨੂੰ ਜੇ ਸਾਨੂੰ ਨਹੀਂ ਲੱਗੂਗਾ ਅਸੀਂ ਆਹ ਰੇਟ ਸਬਜ਼ੀ ਵੇਚਾਂਗੇ। ਅਤੇ ਅੱਜ ਹਰ ਸਬਜ਼ੀ ਦੇ ਵਿੱਚੋਂ 10-10, 20-20 ਰੁਪਏ, 30-30 ਰੁਪਏ ਤੱਕ ਦਾ ਫਰਕ ਪੈ ਗਿਆ। ਔਰ ਜਿਹੜੀ ਘਰ ਦੀ ਜਿਹੜੀ ਗ੍ਰਹਿਣੀ ਹੁੰਦੀ ਹੈ, ਜਿਹੜੀ ਧਰਮ ਪਤਨੀਆਂ ਹੁੰਦੀਆਂ, ਜਿਹੜੀਆਂ ਸਾਡੀਆਂ ਭੈਣਾਂ ਹੁੰਦੀਆਂ, ਮਾਤਾਵਾਂ ਹੁੰਦੀਆਂ ਨੇ, ਉਹਨਾਂ ਨੂੰ ਦੱਸੋ ਕਿੰਨਾ ਫਰਕ ਪਊਗਾ ਸਬਜ਼ੀ ਲੈਣ ਆਉਂਦੀਆਂ, ਇੱਥੇ ਇੱਥੇ ਆ ਕੇ 2-2 ਰੁਪਏ ਪਿੱਛੇ ਪਿੱਛੇ ਲੜਾਈ ਹੁੰਦੀ ਆ ਸਬਜ਼ੀਆਂ ਪਿੱਛੇ, ਅਤੇ ਹੁਣ ਦੇਖੋ ਕਿੰਨਾ ਫਰਕ ਪੈ ਗਿਆ। ਅਤੇ ਇਸ ਚੀਜ਼ ਦਾ ਕਿੰਨਾ ਫਰਕ ਪਊਗਾ? ਮੈਂ ਚਾਹੁੰਦਾ ਵੀ ਇਹ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚੱਲਣੀ ਚਾਹੀਦੀ ਆ, ਔਰ ਜਿਹੜਾ ਇਹ ਗੁੰਡਾ ਟੈਕਸ ਆ ਜੀ, ਸਾਰੇ ਪੰਜਾਬ 'ਚ ਬੰਦ ਕਰਾ ਕੇ ਲੋਕ ਇਨਸਾਫ ਪਾਰਟੀ ਸਾਹ ਲਊਗੀ। 20 ਰੁਪਏ ਰੇਟ ਡਾਊਨ ਕਿਹਾ ਗਿਆ, ਅੱਗੇ 80 ਵਿਕਦਾ, ਅੱਜ 60 ਵਿਕਰੇ। ਗਾਹਕ ਕੋ ਵੀ ਫਾਇਦਾ ਹੋਊਗਾ, ਜੋ ਵੇਚਣੇ ਵਾਲੇ ਉਨਕੋ ਵੀ ਫਾਇਦਾ ਹੈ।